ਕੀ ਕਹਿਣਾ ਚਾਹੋਗੇ ਅੱਜ ਦੇ ਇਤਿਹਾਸਿਕ ਦਿਨ? ਦੇਖੋ ਜੀ, ਬਹੁਤ ਮਹਾਨ ਅਤੇ ਪਵਿੱਤਰ ਦਿਹਾੜਾ ਹੈ ਜਿੱਥੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਜਿਹੜੀ ਆਖਰੀ ਜੰਗ ਲੜੀ ਅਤੇ ਜਿੱਤੀ, ਜਿਹੜੇ ਸਿੰਘ ਗੁਰੂ ਸਾਹਿਬ ਨੂੰ ਬਦਾਵਾ ਦੇ ਕੇ ਚਲੇ ਗਏ ਸਨ, ਉਹਨਾਂ ਵੱਲੋਂ ਉਹਨਾਂ ਦੀਆਂ ਸਤਿਕਾਰਯੋਗ ਸਾਡੀਆਂ ਬਹੁਤ ਮਹਾਨ ਭੈਣਾਂ ਨੇ, ਬੀਬੀਆਂ ਨੇ, ਇਹਨਾਂ ਦੀ ਅਗਵਾਈ ਮਾਈ ਭਾਗੋ ਉਹਨਾਂ ਨੇ ਨਾਲ ਸਿੰਘਾਂ ਦੇ ਜਿੱਥੇ ਸਾਰੇ ਸ਼ਹੀਦੀਆਂ ਦਿੱਤੀਆਂ ਭਾਈ ਮਹਾਂ ਸਿੰਘ ਦੀ ਅਗਵਾਈ 'ਚ, ਜਿੱਥੇ 10ਵੇਂ ਪਾਤਸ਼ਾਹ ਨੇ ਬਹੁਤ ਵੱਡੇ ਵਰਦਾਨ ਉਹਨਾਂ ਸਿੰਘਾਂ ਨੂੰ ਦਿੱਤੇ। ਜਦੋਂ ਵਾਰੀ ਆਈ ਮਹਾਂ ਸਿੰਘ ਹੋਰਾਂ ਦੀ ਅਤੇ ਸ਼ਹੀਦ ਭਾਈ ਮਹਾਂ ਸਿੰਘ ਹੋਰਾਂ ਨੂੰ ਉਹਨਾਂ ਨੇ ਕਿਹਾ ਕਿ ਮਹਾਂ ਸਿੰਘ ਤੈਨੂੰ ਮੈਂ ਤਰਲੋਕੀ ਦਾ ਰਾਜ ਬਖਸ਼ ਦੇਣਾ ਉਹਦੇ, ਨਹੀਂ ਮਹਾਰਾਜ ਜਿਹੜੀ ਸਾਤੋਂ ਭੁੱਲ ਹੋ ਗਈ ਸੀ ਸਾਡੀਆਂ ਭੁੱਲਾਂ ਬਖਸ਼ ਦਿਓ, ਸਾਡਾ ਬਦਾਵਾ ਪਾੜ ਦਿਓ। ਅਤੇ 10ਵੇਂ ਪਾਤਸ਼ਾਹ ਨੇ ਆਪਦੇ ਕਮਰਕਸੇ ਵਿੱਚ ਬੰਨਿਆ ਹੋਇਆ ਸੀਗਾ ਉਹਨੂੰ, ਬਦਾਵੇ ਨੂੰ ਪਾੜ ਕੇ ਉਹਨਾਂ ਸਿੱਖਾਂ ਦੀ ਮੁਕਤੀ ਕੀਤੀ, ਉਹਨਾਂ ਨੂੰ ਆਪਣੇ ਨਾਲ ਲਾਇਆ, ਟੁੱਟੀ ਗੰਢੀ ਗਈ। ਸਾਰੀ ਦੁਨੀਆ ਵਿੱਚ ਬਹੁਤ ਵੱਡਾ ਅਤੇ ਮਹਾਨ ਵਰਦਾਨ ਆ ਟੁੱਟੀ ਗੰਢੀ ਦਾ, ਜੋ ਸ੍ਰੀ ਮੁਕਤਸਰ ਸਾਹਿਬ ਨੂੰ ਜਿਹੜਾ ਮੁਕਤੀ ਦਾ ਸਰ ਗਿਣਿਆ ਜਾਂਦਾ ਹੈ ਇਸ ਨੂੰ ਦਿੱਤਾ ਗਿਆ, ਜਿਹਦੇ 'ਚ ਲੱਖਾਂ ਹੀ ਜਿਹੜੇ ਸੰਗਤਾਂ ਇਹਨਾਂ ਦਿਨਾਂ 'ਚ ਆ ਕੇ ਆਪਣੀ ਸ਼ਰਧਾ ਦੇ ਨਾਲ ਉਹਨਾਂ ਸ਼ਹੀਦਾਂ ਪ੍ਰਤੀ, ਗੁਰੂ ਸਾਹਿਬਾਨ ਪ੍ਰਤੀ ਇਸ ਮਾਘੀ ਮੇਲਾ ਜਿਹੜਾ ਉਹਨਾਂ ਸ਼ਹੀਦਾਂ ਦਾ, ਜਿਹੜੀ ਖਦਰਾਣੀ ਦੀ ਟਾਂ ਟਾਪ ਦੀ ਜੰਗ ਹੋਈ ਸੀ, ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਆਉਂਦੇ ਆ। ਇਹਦੇ ਨਾਲ ਹੀ ਬਹੁਤ ਵੱਡਾ ਇਹ ਮੇਲਾ ਬਣ ਜਾਂਦਾ ਜਿੱਥੇ ਪਸ਼ੂਆਂ ਦੀ ਮੰਡੀ ਬਹੁਤ ਵੱਡੀ ਲੱਗਦੀ ਹੈ, ਅਤੇ ਘੋੜਿਆਂ ਦੀ ਮੰਡੀ ਬਹੁਤ ਵੱਡੀ ਲੱਗਦੀ ਹੈ। ਹੋਰ ਵੀ ਬਹੁਤ ਸਾਰਾ ਸਾਜੋ ਸਮਾਨ ਜਿਹੜੇ ਲੋਕ ਪ੍ਰਦਰਸ਼ਨੀ ਲਈ ਲੈ ਕੇ ਆਉਂਦੇ ਹੈ, ਜਿਹਦੇ ਨਾਲ ਲੋਕ ਆਪਣੀ ਸਾਂਝ ਵਧਾ ਸਕਦੇ। ਪਸ਼ੂ ਦੀ ਮੰਡੀ ਲੈ ਕੇ ਇਤਿਹਾਸਿਕ ਜਗ੍ਹਾ ਹੈਗੀ ਆ। ਐਕਚੁਅਲੀ ਸ਼ਹਿਰ ਦੀ ਬਹੁਤ ਚਿਰ ਦੀ ਮੰਗ ਰਹੀ ਹੈ ਕਿ ਦਰਬਾਰ ਸਾਹਿਬ ਦਾ ਚੁਗਿਰਦਾ ਜਿਹੜਾ ਉਹ ਡਿਵੈਲਪ ਹੋ ਜਾਵੇ, ਹੈ ਨਾ, ਜਿਵੇਂ ਹਰਿਮੰਦਰ ਸਾਹਿਬ ਦਾ ਹੋਇਆ ਹੈਗਾ, ਪਰ ਸਰਕਾਰਾਂ ਤਾਂ ਅਣਗੋਲਿਆ ਹੀ ਰਿਹਾ, ਕੋਈ ਇਸ ਤਰ੍ਹਾਂ ਦੇ ਪ੍ਰੋਜੈਕਟ ਦੀ ਜਿਹੜੀ ਹੈਗੀ ਆ ਉਹ ਬਹੁਤ ਟਾਈਮ ਦੀ ਮੰਗ ਹੈ। ਪੁਰਾਣਾ ਸ਼ਹਿਰ ਹੋਣ ਦੇ ਕਾਰਨ ਗਲੀਆਂ ਕੁਛ ਭੀੜੀਆਂ ਨੇ, ਉਹਦਾ ਥੋੜ੍ਹੀ ਦਿੱਕਤ ਆਉਂਦੀ ਹੈ ਜੇ ਸਾਰਿਆਂ ਨੂੰ ਉੱਥੋਂ ਪਾਸੇ ਕਰਿਆ ਵੀ, ਇਹ ਵੀ ਬੜੀ ਮੁਸ਼ਕਲ ਦੀ ਹੈ ਕਿਉਂਕਿ ਜਿਹੜੇ ਇਤਿਹਾਸ ਨਾਲ ਜੁੜੇ ਆ ਉਹ ਘਰ ਵੀ ਉੱਥੇ ਰਹਿਣਾ ਚਾਹੁੰਦੇ ਆ, ਸੋ ਇਹ ਦਿੱਕਤ ਆਉਂਦੀ ਹੈ। ਪਰ ਫਿਰ ਵੀ ਸ਼ਰਧਾ ਦੇ ਨਾਲ ਲੋਕ ਇਸ ਦਿਨ ਨੂੰ ਆਪਦੇ ਜਿਵੇਂ ਵੀ ਹੋਵੇ ਗੁਜ਼ਾਰਾ ਕਰਕੇ ਟਾਈਮ ਟੱਪ ਜਾਂਦਾ ਹੈਗਾ, ਕੋਈ ਪਾਰਕਿੰਗ ਆਸੇ ਪਾਸੇ ਹੋ ਜਾਵੇ। ਤੁਸੀਂ ਤੁਸੀਂ ਮੇਰੇ ਖਿਆਲ 'ਚ ਰਹਿੰਦਾ, ਮੈਂ ਲੋਕਲ ਬਾਡੀ ਮੰਤਰੀ ਸਾਹਿਬ ਨਾਲ ਉਹਨਾਂ ਨਾਲ ਗੱਲ ਕਰੂੰਗਾ, ਪਰ ਅੱਜ ਤਾਂ ਆਪਾਂ ਸਾਰੇ ਮਕਸਦ ਹੋਣ ਵਾਲੇ ਔਰ ਆਪ ਜੀ ਦੇ ਜ਼ਰੀਏ ਮੈਂ ਸਮੂਹ ਸੰਗਤਾਂ ਨੂੰ, ਸਮੂਹ ਪੰਜਾਬ ਵਾਸੀਆਂ ਨੂੰ ਮਾਘੀ ਦੇ ਇਸ ਪਵਿੱਤਰ ਤਿਉਹਾਰ ਦੀਆਂ ਦਿਲੋਂ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ।